ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਸਾਧ ਸੰਗਤ ਜੀ, ਆਪਾਂ ਦਰਸ਼ਨ ਕਰ ਰਹੇ ਹਾਂ ਗੁਰਦੁਆਰਾ ਸ਼੍ਰੀ ਪਾਉਂਟਾ ਸਾਹਿਬ ਪਾਤਸ਼ਾਹੀ ਦਸਵੀਂ ਦੇ ਪਾਵਨ ਪਵਿੱਤਰ ਚਰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਸ ਰਮਣੀਕ ਧਰਤੀ ਦੇ ਉੱਤੇ ਪਏ ਹੈ। ਇਹ ਪੂਜਨਯੋਗ ਅਸਥਾਨ ਹੈ ਗੁਰਸਿੱਖਾਂ ਦੇ ਲਈ। ਸੋ ਇਸ ਅਸਥਾਨ ਦੇ ਉੱਤੇ ਸਤਿਗੁਰੂ ਸਾਹਿਬ ਜੀ ਨੂੰ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੇ ਜਨਮ ਦੀ ਖਬਰ ਮਿਲਦੀ ਹੈ, ਪਾਉਂਟਾ ਭੰਗਾਣੀ ਦਾ ਜੰਗ ਜਿੱਤ ਕੇ ਆਉਂਦੇ ਹੈ ਅਤੇ ਸਤਿਗੁਰੂ ਸਾਹਿਬ ਜੀ ਜੰਗ ਜਿੱਤਣ ਕਰਕੇ ਸਾਹਿਬਜ਼ਾਦਾ ਜੀ ਦਾ ਨਾਮ ਵੀ ਅਜੀਤ ਸਿੰਘ ਰੱਖਦੇ ਹੈ, ਅਜੀਤ ਜੋ ਜਿੱਤਿਆ ਨਾ ਜਾ ਸਕੇ। ਨਾਲ ਹੀ ਪਾਵਨ ਦਰਬਾਰ 52 ਕਵੀ ਅਸਥਾਨ ਹੈ ਜਿੱਥੇ ਸਤਿਗੁਰੂ ਜੀ ਦੇ ਦਰਬਾਰ ਵਿੱਚ ਵੱਖ ਵੱਖ ਭਾਸ਼ਾਵਾਂ ਦੇ ਵਿਦਵਾਨ ਕਵੀ ਜਨ ਆਪਣੀਆਂ ਰਚਨਾਵਾਂ ਰਚਦੇ ਸਨ। ਸਤਿਗੁਰੂ ਜੀ ਆਪ ਵੀ ਉੱਚ ਕੋਟੀ ਦੇ ਸਾਹਿਤਕਾਰ ਸਨ। ਸਤਿਗੁਰੂ ਜੀ ਦੀਆਂ ਹੱਥਾਂ ਦੀਆਂ ਕਲਮਾਂ ਅਤੇ ਬਹੁਤ ਸਾਰੇ ਇਤਿਹਾਸਿਕ ਸ਼ਸਤਰਾਂ ਦੇ ਦਰਸ਼ਨ ਆਪ ਜੀ ਗੁਰਦੁਆਰਾ ਸ਼੍ਰੀ ਪਾਉਂਟਾ ਸਾਹਿਬ ਵਿਖੇ ਕਰ ਸਕਦੇ ਹੋ। ਨਾਲ ਹੀ ਜਮੁਨਾ ਨਦੀ ਵਹਿੰਦੀ ਹੈ ਜਿਸ ਦਾ ਪਾਣੀ ਅੱਗੇ ਪਿੱਛੇ ਬਹੁਤ ਸ਼ੋਰ ਕਰਦਾ ਹੈ, ਪਰ ਸਤਿਗੁਰੂ ਜੀ ਦੇ ਵਚਨ ਮੁਤਾਬਕ ਕਿ ਇਹ ਜਮੁਨਾ ਇੱਥੇ ਸਾਡੇ ਵਿਦਵਾਨ ਜਨ ਕਵੀ ਜਨ ਰਚਨਾਵਾਂ ਰਚਦੇ ਹੈ, ਸੋ ਇਸ ਕਰਕੇ ਉਹਨਾਂ ਦੇ ਕਾਰਜ ਵਿੱਚ ਕਿਸੇ ਪ੍ਰਕਾਰ ਦਾ ਵਿਘਨ ਨਾ ਪਵੇ ਅਤੇ ਸ਼ਾਂਤ ਹੋ ਕੇ ਵਗਿਆ ਕਰ। ਸਤਿਗੁਰੂ ਜੀ ਦੇ ਹੁਕਮ ਵਿੱਚ ਭੈ ਵਿੱਚ ਚੱਲਿਆ, ਲੱਖ ਦਰਿਆਉ ਦੇ ਮੁਤਾਬਕ ਇਹ ਜਮੁਨਾ ਨਦੀ ਇੱਥੋਂ ਬਿਲਕੁਲ ਸ਼ਾਂਤ ਹੋ ਕੇ ਵਹਿੰਦੀ ਹੈ। ਨਾਲ ਹੀ ਗੁਰਦੁਆਰਾ ਦਸਤਾਰ ਅਸਥਾਨ ਆਪਾਂ ਇੱਧਰ ਸੱਜੇ ਪਾਸੇ ਦਰਸ਼ਨ ਕਰ ਰਹੇ ਹਾਂ। ਸੋ ਇਸ ਪਵਿੱਤਰ ਅਸਥਾਨ 'ਤੇ ਬੈਠ ਕੇ ਕਲਗੀਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਸ਼ੋਭਾਇਮਾਨ ਹੋ ਕੇ ਕੁਦਰਤ ਦੇ ਰਮਣੀਕ ਨਜ਼ਾਰਿਆਂ ਨੂੰ ਤੱਕਦੇ ਸਨ, ਸੀਸ 'ਤੇ ਦਸਤਾਰ ਸਜਾਇਆ ਕਰਦੇ ਸਨ, ਸੁੰਦਰ ਦਸਤਾਰਾਂ ਸਜਾਉਣ ਵਾਲਿਆਂ ਨੂੰ ਇਨਾਮ ਵੀ ਵੰਡਿਆ ਕਰਦੇ ਸਨ। ਭੰਗਾਣੀ ਸਾਹਿਬ ਦੇ ਯੁੱਧ ਦੀ ਜਿੱਤ ਤੋਂ ਬਾਅਦ ਜਦੋਂ ਗੁਰੂ ਸਾਹਿਬ ਜੀ ਇਸ ਅਸਥਾਨ ਦੇ ਉੱਤੇ ਆਪਣੇ ਕੇਸਾਂ ਵਿੱਚ ਕੰਘਾ ਕਰ ਰਹੇ ਸਨ ਤਾਂ ਪੀਰ ਬੁੱਧੂ ਸ਼ਾਹ ਜੀ ਸਧੌਰੇ ਵਾਲੇ, ਜਿਨ੍ਹਾਂ ਦੇ ਆਪਣੇ ਦੋ ਪੁੱਤਰ ਭਰਾ ਅਤੇ ਬਹੁਤ ਸਾਰੇ ਮੁਰੀਦ ਭੰਗਾਣੀ ਦੇ ਯੁੱਧ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ ਸਨ, ਉਹਨਾਂ ਨੇ ਸਤਿਗੁਰੂ ਸਾਹਿਬ ਜੀ ਤੋਂ ਖੁਸ਼ੀਆਂ ਮੰਗੀਆਂ, ਘਰ ਵਾਪਸ ਜਾਣ ਦੀ ਆਗਿਆ ਲੈਣ ਲਈ ਆਏ ਤਾਂ ਉਸ ਵੇਲੇ ਸਤਿਗੁਰੂ ਸਾਹਿਬ ਜੀ ਨੇ ਕਿਹਾ ਕਿ ਪੀਰ ਜੀ ਅਸੀਂ ਆਪ ਜੀ ਦੀ ਸੇਵਾ ਤੋਂ ਬਹੁਤ ਪ੍ਰਸੰਨ ਹਾਂ, ਜੋ ਮੰਗਣਾ ਹੈ ਮੰਗੋ। ਤਾਂ ਪੀਰ ਜੀ ਨੇ ਕਿਹਾ ਕਿ ਜੇ ਸਤਿਗੁਰੂ ਜੀ ਆਪ ਜੀ ਤਰੁੱਠੇ ਹੋ ਅਤੇ ਆਪ ਜੀ ਜੋ ਕੇਸਾਂ ਵਿੱਚ ਕੰਘਾ ਕਰ ਰਹੇ ਹੋ ਅਤੇ ਆਪ ਜੀ ਕਿਰਪਾ ਕਰਕੇ ਕੇਸਾਂ ਦੇ ਸਮੇਤ ਜਿਹੜੇ ਟੁੱਟ ਕੇ ਕੇਸ ਕੰਘੇ ਵਿੱਚ ਫਸ ਜਾਂਦੇ ਆ, ਆਪ ਜੀ ਮੈਨੂੰ ਬਖਸ਼ਿਸ਼ ਕਰੋ। ਤਾਂ ਸਤਿਗੁਰੂ ਸਾਹਿਬ ਜੀ ਨੇ ਆਪਣੀ ਅੱਧੀ ਦਸਤਾਰ ਕੇਸ ਕੀ ਅਤੇ ਇਸੇ ਪ੍ਰਕਾਰ ਕੇਸਾਂ ਸਮੇਤ ਕੰਘੇ ਦੀ ਬਖਸ਼ਿਸ਼ ਪੀਰ ਬੁੱਧੂ ਸ਼ਾਹ ਜੀ ਸਧੌਰੇ ਵਾਲਿਆਂ ਨੂੰ ਇਸ ਅਸਥਾਨ ਦੇ ਉੱਤੇ ਬਖਸ਼ਿਸ਼ ਕੀਤੀ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਨ ਹੈ ਤੇਰੋ ਹੀ ਆਸ ਭਰੋਸਾ ਕਹੀਐ, ਨਿਮਾਨੇ ਕੋ ਮਾਨ ਨਿਤਾਨੇ ਕੋ ਤਾਨ ਨਿਥਾਵੇ ਕੋ ਥਾਵ ਤੁਹੀ ਸਭ ਕਹੀਐ। ਪਾਉ ਪਰੁ ਪਰਮੇਸ਼ਰ ਤੁਹੈ ਗੈ, ਗੋਬਿੰਦ ਦਾਸ ਤੁਹਾਰ
ਸਾਨੂੰ ਸਾਡੇ ਕਰਕੇ ਫਿਰ ਅਰਦਾਸ ਪਾਠ ਲਈ ਹੈ। ਸਾਧੂ ਰਾਜਨ ਨੇ ਰਾਣੀ ਨੂੰ ਤਾੜਨਾ ਕੀਤਾ ਕਿ ਇੰਨੇ ਰੱਬ ਦੇ ਪਿਆਰੇ ਨਿਮਰਤਾ ਵਾਲੇ ਹੋਇਆ ਕਰਦੇ ਹਨ, ਦੂਜਿਆਂ ਦੇ ਦੋਸ਼ ਨੂੰ ਵੀ ਆਪਣੇ 'ਤੇ ਲੈ ਲੈਂਦੇ ਹਨ। ਤਾਂ ਉਹ ਕਹਿਣ ਲੱਗੇ ਰਵਿਦਾਸ ਜੀ ਕਹਿੰਦੇ ਠੀਕ ਹੈ, ਮੈਂ ਜ਼ਰੂਰ ਆਊਂਗਾ। ਜਿਹਨੇ ਨੀਅਤ ਹੋਇਆ ਕੰਮ ਸਾਰੀ ਆ ਰਹੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।